ਹਰਦਿਲ ਅਜ਼ੀਜ਼ ਗੁਰੂ ਘਰ ਦੇ ਸੱਚੇ ਅਤੇ ਸੁੱਚੇ ਸੇਵਕ ਦੇ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋਏ। ਸਰਦਾਰ ਦਰਸ਼ਨ ਸਿੰਘ ਜੀ, ਮੈਂ ਇੱਕ ਮਿੰਟ ਅੱਜ ਉਸ ਮਹਾਨ ਸ਼ਖਸੀਅਤ ਦੇ ਦੁਸ਼ਹਿਰੇ ਦੇ ਇਕੱਤਰ ਹੋਏ ਸਮੂਹ ਸਾਧ ਸੰਗਤ ਫਤਿਹ ਸਾਹਿਬ ਜੀ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਸਤਿਕਾਰਯੋਗ ਬਜ਼ੁਰਗ ਸਰਦਾਰ ਦਰਸ਼ਨ ਸਿੰਘ ਜੀ, ਜਿਨ੍ਹਾਂ ਦੇ ਜੀਵਨ ਬਾਰੇ, ਜਿਨ੍ਹਾਂ ਦੇ ਪਰਿਵਾਰ ਬਾਰੇ ਮੇਰੇ ਤੋਂ ਪਹਿਲਾਂ ਸਾਥੀਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਔਰ ਉਹਨਾਂ ਦੇ ਜੀਵਨੀ ਬਾਰੇ ਵੀ ਚਾਨਣਾ ਪਾਇਆ ਹੈ ਕਿ ਕਿਸ ਤਰ੍ਹਾਂ ਸਰਦਾਰ ਦਰਸ਼ਨ ਸਿੰਘ ਜੀ ਰਾਣਾ ਰਾਓ ਨਾ ਕੋ ਰਹੇ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੇ ਕੋਈ ਨਾ ਬੰਦੇ ਤੀਰ ਦੇ ਮਹਾਂਵਾਕ ਅਨੁਸਾਰ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਦਰਸ਼ਨ ਸਿੰਘ ਜੀ, ਜੋ ਕਿ ਸਾਨੂੰ ਅੱਜ ਤੋਂ ਕੁਝ ਦਿਨ ਪਹਿਲਾਂ ਸਦੀਵੀ ਵਿਛੋੜਾ ਦੇ ਕੇ ਚਲੇ ਗਏ ਨੇ, ਅੱਜ ਆਪਾਂ ਸਾਰੇ ਹੀ ਉਹਨਾਂ ਦੀ ਅੰਤਮ ਅਰਦਾਸ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇਕੱਤਰ ਹੋਏ ਹਾਂ। ਜਿਵੇਂ ਕਿ ਗੁਰੂ ਮਹਾਰਾਜ ਦਾ ਹੁਕਮ ਆ, ਮਰਨ ਲਿਖਾਏ ਮੰਡਲ ਮਿਆਰ, ਜੋ ਵੀ ਇਨਸਾਨ ਇਸ ਦੁਨੀਆ 'ਤੇ ਆਉਂਦਾ ਉਸਦੇ ਨਾਲ ਉਹਦਾ ਮਰਨਾ ਲਿਖਿਆ ਜਾਂਦਾ, ਪਰ ਜੋ ਇਨਸਾਨ ਇਸ ਦੁਨੀਆ 'ਤੇ ਆ ਕੇ ਕੋਈ ਚੰਗੇ ਕੰਮ ਕਰਦੇ ਨੇ, ਨੇਕ ਕੰਮ ਕਰਦੇ ਨੇ, ਲੋਕ ਉਹਨਾਂ ਨੂੰ ਹਮੇਸ਼ਾ ਯਾਦ ਰੱਖਦੇ। ਜਨਮ ਸਵਾਰ ਦਰਗੇ ਚੱਲਿਆ, ਸੱਚੀ ਦਰਗੇ ਜਾਏ ਸੱਚਾ ਪਿੜ ਮਲਿਆ, ਅਤੇ ਮਹਾਂਵਾਕ ਅਨੁਸਾਰ ਸਾਡੇ ਸਤਿਕਾਰਯੋਗ ਸਰਦਾਰ ਦਰਸ਼ਨ ਸਿੰਘ ਜੀ ਸਵਾਸਾਂ ਦੀ ਜੋ ਪੂੰਜੀ ਇੱਥੇ ਲੈ ਕੇ ਆਏ ਸਨ ਉਹ ਪੋ ਕੇ ਚਲੇ ਗਏ। ਆਪਾਂ ਅੱਜ ਇੱਥੇ ਵੱਡੀ ਗਿਣਤੀ ਦੇ ਵਿੱਚ ਇਕੱਤਰ ਹੋਏ ਹਾਂ, ਇਹੀ ਬੇਨਤੀ ਕਰੀਏ ਕਿਉਂਕਿ ਇਨਸਾਨ ਜਿਹੜਾ ਉਹ ਭੁੱਲਣ ਆ ਰਿਹਾ, ਇਨਸਾਨ ਤੋਂ ਜ਼ਿੰਦਗੀ ਦਾ ਸਫ਼ਰ ਕਰਦੇ ਹਾਂ, ਕੋਈ ਨਾ ਕੋਈ ਕਮੀ ਪੇਸ਼ੀ ਜ਼ਰੂਰ ਰਹਿ ਜਾਂਦੀ ਆ, ਅਤੇ ਇਹੀ ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਉਹਨਾਂ ਕੋਲੋਂ ਆਪਦੀ ਜ਼ਿੰਦਗੀ ਦੇ ਵਿੱਚ ਵਿਚਰਦੇ ਹਾਂ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਰਹਿ ਗਈ ਹੋਈ ਉਹਨਾਂ ਨੂੰ ਮਾਫ਼ ਕਰਨਾ, ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਸਾਰੇ ਹੀ ਪਰਿਵਾਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ। ਅਖੀਰ ਵਿੱਚ ਮੈਂ ਆਪਣੇ ਵੱਲੋਂ ਆਪਣੇ ਵੱਡੇ ਵੀਰ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਵੱਲੋਂ ਬਜ਼ੁਰਗਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ, ਫਤਿਹ ਅਰਜ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਪਿਤਾ ਜੀ, ਜਿਹੜੇ ਸਰੀਰ ਰੂਪ ਕਰਕੇ ਸਾਨੂੰ ਛੱਡ ਕੇ ਚਲੇ ਗਏ ਨੇ, ਉਹਨਾਂ ਦਾ ਜਿਹੜਾ ਜਾਣਾ ਵਾ ਉਹ ਐਂ ਲੱਗਦਾ ਜਿਵੇਂ ਆਪਣਾ ਜੀਵਨ ਸੱਥਾ ਕਰਕੇ ਗਏ, ਤਾਂ ਹੀ ਗੁਰਮੁਖਾਂ ਵਾਲੀ ਮੌਤ ਉਹਨਾਂ ਨੂੰ ਆਈ ਹੈ ਵੀ ਹਾਏ ਨਹੀਂ ਗਈ। ਦੋ ਡਾਕਟਰ ਸਾਹਿਬ ਨੇ ਉਹਨਾਂ ਵਿੱਚ ਬੜੇ ਗੰਭੀਰ ਮਨ ਦੇ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਉਸ ਮਹਾਨ ਆਤਮਾ ਜਿਨ੍ਹਾਂ ਦੇ ਵੱਲੋਂ ਇਹ ਜੋ ਦਸਤਾਰ ਹੈ ਸਤਿਕਾਰ ਜੋ ਬਾਬਾ ਸੱਜਣ ਸਿੰਘ ਜੀ ਉਹ ਵੀ ਨਾਲ ਆਉਣ ਦੀ ਕਿਰਪਾਲਤਾ ਕਰਨ। ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਅੱਜ ਦਾ ਇਹ ਸਮਾਗਮ ਸਾਡੇ ਬਹੁਤ ਹੀ ਸਤਿਕਾਰਯੋਗ ਉਹ ਮਹਾਨ ਹਸਤੀ ਸਰਦਾਰ ਦਰਸ਼ਨ ਸਿੰਘ ਜੀ ਪਰਵਾਲ, ਜੋ ਮਾਲਕ ਦੇ ਹੁਕਮ ਅਨੁਸਾਰ ਇਸ ਸੰਸਾਰ ਵਿੱਚ ਉਸ ਮਹਾਨ ਕੁੱਖ ਤੋਂ ਪੈਦਾ ਹੋਏ, ਉਹ ਪਵਿੱਤਰ ਕੁੱਖ ਮਾਤਾ ਜਸਵੰਤ ਕੌਰ, ਪਿਤਾ ਸਰਦਾਰ ਸੋਹਣ ਸਿੰਘ ਜੀ ਨਾਗਪਾਲ ਦੀ ਕੁੱਖ ਤੋਂ ਪਵਿੱਤਰ ਜਨਮ ਉਹਨਾਂ ਨੇ ਲਿਆ। ਬਹੁਤ ਵਧੀਆ ਜ਼ਿੰਦਗੀ ਗੁਰਮਤ ਦੇ ਅੰਸੇ ਅਨੁਸਾਰ ਉਹਨਾਂ ਨੇ ਤੈਅ ਕੀਤੀ ਹੈ। ਮਾਲਕ ਦੇ ਹੁਕਮ ਅਨੁਸਾਰ ਜਿਹਾ ਕੀਰੀ ਲਿਖਿਆ
ਤੇ ਇਹ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਾਂ ਮਾਕਾ ਅਨੁਸਾਰ ਪਿਛਲੇ ਦਿਨਾਂ 'ਚ ਮਾਲਕ ਦੇ ਹੁਕਮ ਅਨੁਸਾਰ ਇਸ ਸੰਸਾਰ ਤੋਂ ਚਲੇ ਗਏ। ਅੱਜ ਉਹਨਾਂ ਦੀ ਅੰਤਮ ਅਰਦਾਸ ਅਨਾਜ ਮੰਡੀ ਰਈਆ ਵਿਖੇ ਹੁਣ ਜਾ ਰਹੀ ਹੈ। ਪੰਡਾਲ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੁਸ਼ੋਭਤ ਹਨ। ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਪੁੱਜ ਚੁੱਕੇ ਹਨ। ਸੰਗਤਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਜਲ ਪਾਣੀ ਛੱਕ ਲਿਆ ਉਹ ਪੰਡਾਲ ਵਿਖੇ ਪਹੁੰਚ ਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਨਮਸਤਕ ਹੋ ਕੇ ਬਾਣੀ ਸਰਵਣ ਕਰਨ। ਆਵਣ ਜਾਣਾ
Amen.
Thank you.
समुची गुरु की सत संगत समुचा परिवार सज्जन मित्र समाप्ति वाहेगुरु जी की फतेह। श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक लई त्याय। श्री अंगद गुरु ते अमरदास रामदास होई सहाय। नाम सिमरा श्री हर राय श्री हर कृष्ण त्याई जिस जिथे सब दुख जाए। तेग बहादुर सिमरिया करम दयावै धाय सब थाई होए सहाय। दसवें पातशाह श्री गुरु गोबिंद सिंह साहिब जी सब थाई होए सहाय। दसां पातशाहियां दी जोत श्री गुरु ग्रंथ साहिब जी दे पाठ दी लगदा ध्यान धर के बोलो जी वाहेगुरु। पंजां प्यारियां चौवां साहिबजादियां चालियां मुक्तियां हठियां जपियां तपियां जिन्ना नाम जपिया वंड के छकिया देख चलाई देख वाही देख के अनदेख कीता। इन्हां प्यारियां सच्चियारियां ने कमाई दा ध्यान धर के खालसा जी बोलो जी वाहेगुरु। जिन्ना सिंघां सिंघणियां ने धर्म हेत सीस दिते बंद बंद कटाए खोपरियां लोहानियां चरकड़ियां ते चढ़े आरियां नाल चरवाए गए गुरुद्वारियां दी सेवा लई कुर्बानियां कीतियां धर के बोलो जी वाहेगुरु। रसमै सरबत खालसा जी की अरदास है जी सरबत खालसे जी को वाहेगुरु वाहेगुरु वाहेगुरु। चित आवे चित आवन का सदका सर्व सुख होवे जहां जहां खालसा जी साहेब तहां तहां रचिया रियायत देग तेग फतेह। बिरद की पैज पंथ की जीत श्री साहिब जी सहाय खालसे जी के बोल बाले बोलो जी वाहेगुरु। सिखां नू सिक्खी दान केस दान रहत दान विवेक दान सा दान भरोसा दान दाना सिर दान नाम दान। श्री अमृतसर साहिब जी दे दर्शन इशनान चौंकियां झंडे बूंगे जुगो जुग अटल धर्म का जयकार बोलो जी वाहेगुरु। सिखां दा मन नीवा मत उच्ची मत पत दे राखे आप वाहेगुरु। हे अकाल पुरख अपने पंथ दे सदा सहाई दा तार जियो। श्री ननकाणा साहिब अते होर गुरुद्वारियां गुरथामां दे जिन्हां तों पंथ नूं विछोड़िया गया खुले दर्शन दीदार अते सेवा संभाल दा दान। प्यारे खालसा जी नूं बख्शो ये नमारिया देवान ने तानिया दे तार न्योटिया दी ओट धन 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 सतगुरु श्री गुरु तेग बहादुर साहिब जी महाराज। धन 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 श्री गुरु ग्रंथ साहिब जी आप जी के हजूर शब्द चौंकी आनंद साहिब जी दे पाठ जी की अरदास है जी। भुल चुक मुआफ करनी जेहा ची लिखे
ਚੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਰਾਣਾ ਰਾਓ ਨਾ ਕੋ ਰਹਾਏ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਧੇ ਤੀਰ ਦੇ ਮਹਾਂਵਾਕ ਅਨੁਸਾਰ ਸੱਚੇ ਪਾਤਸ਼ਾਹ ਆਪ ਜੀ ਕੇ ਦਰੋਂ ਘਰੋਂ ਵਰਸਾਏ ਹੋਏ ਚਰਨ ਸੇਵਕ ਸਰਦਾਰ ਦਰਸ਼ਨ ਸਿੰਘ ਜੀ ਪਾਰੋਵਾਲ ਆਪ ਜੀ ਵੱਲੋਂ ਬਖਸ਼ਿਸ਼ ਕੀਤੀ ਆਰਜੂ ਨੂੰ ਲੈ ਕਰਕੇ ਸੰਸਾਰਕ ਯਾਤਰਾ ਕਰਦੇ ਹਾਂ ਕੁਝ ਦਿਨਾਂ ਤੋਂ ਅਕਾਲ ਚਲਾਣਾ ਕਰਕੇ ਗੁਰੂ ਗਰੀਬ ਨਵਾਜ ਇਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਪਾਰੋਵਾਲ ਸਮੂਹ ਪਰਿਵਾਰ ਵੱਲੋਂ ਮਿਲ ਕਰਕੇ ਗੁਰਮਤਿ ਸਮਾਗਮ ਕਰਵਾਏ ਗਏ ਸੱਚੇ ਪਾਤਸ਼ਾਹ ਸਮੂਹ ਪਰਿਵਾਰ ਵੱਲੋਂ ਸਮੂਹ ਸੰਗਤ ਵੱਲੋਂ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਜੀ ਸਰਦਾਰ ਦਰਸ਼ਨ ਸਿੰਘ ਜੀ ਦੀ ਰੂਹ ਪਾਸੋਂ ਜਾਣੇ ਅਣਜਾਣੇ ਵਿੱਚ ਸੰਸਾਰਕ ਯਾਤਰਾ ਕਰਦੇ ਹਾਂ ਉਹਨਾਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਕੇ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਜੀ ਟੇਡੀਆਂ ਜੂਨਾਂ ਤੋਂ ਬਚਾ ਕਰਕੇ ਰੱਖਣਾ ਸੱਚੇ ਪਾਤਸ਼ਾਹ ਸਮੂਹ ਪਰਿਵਾਰ ਨੂੰ ਭਾਣਾ ਮੰਨਣ ਦੀ ਸਮਰੱਥਾ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਦੇ ਜੀਵਨ ਬਖਸ਼ਣੇ ਨਾਮਦਾਨ ਬਖਸ਼ਣਾ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕਰਨੀ ਕਿਰਤ ਕਮਾਈਆਂ ਸਫਲ ਕਰਨੀਆਂ ਜੀ ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਹੋਰ ਭੇਟਾ ਪ੍ਰਵਾਨ ਕਰਨਾ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣ ਸੋਭ ਭਾਵਨਾਵਾਂ ਪੂਰੀਆਂ ਕਰਨੀਆਂ ਗੁਰੂ ਗਰੀਬ ਨਿਵਾਜ ਆਪ ਜੀ ਕੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਖ ਸਜ ਕਰਕੇ ਹਾਜ਼ਰ ਹੈ ਗੁਰੂ ਕਾ ਲੰਗਰ ਸੱਜ ਕਰਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਕੜਾਹ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ ਗੁਰੂ ਕਾ ਲੰਗਰ ਤੁਟ ਵਰਤੇ ਗੁਰੂ ਗਰੀਬ ਨਿਵਾਜ ਕਿਰਪਾ ਕਰੋ ਸਰਬੱਤ ਸੰਗਤਾਂ ਨੂੰ ਹੁਕਮਨਾਮੇ ਬਖਸ਼ਿਸ਼ ਕਰਕੇ ਕਿਰਤਾਰਤ ਕਰੋ ਜੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਾਧਨ ਪਉ ਭਾਖਿਓ ਤੋਹੇ ਪੁਕਾਰ ਸਰਫੈ ਸਰਫੈ ਸਦਾ ਸਦਾ ਈਵੈ ਗਈ ਵਿਹਾਏ ਨਾਨਕ ਕਿਸਨੋਂ ਆਖੀਐ ਬਿਨ ਪੁੱਛਿਆ ਹੀ ਲੈ ਜਾਏ ਸੋ ਕਹੋ ਡਲ ਗੁਰ ਸੇਵੀਐ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਅਮਰੀ ਗਣਤ ਸ਼ਾਨ ਸਦਾ ਸਦਾ ਰੰਗ ਮਾਨ ਅਮਰੀ ਗਣਤ ਨਾ ਗਣੀਆ ਕਾਈ ਆਪਣਾ ਬਿਰਦ ਪਛਾਣ ਕਾ
सदा सदा रंग मान साचा साहेब साध मेहरबान बंध पाया मेरा सतगुर पूरा होई सर्व गुरु रूप साहिब संगत जी सब तो पहला तो बेनती है कि संगत नूंगा कि बहुता समा नहीं आप लाना गर्मी का टाइम है समा बहुत हो चुका संगत को बेनती है कि आप जिन्ना समा पहला बैठे रहे हो तो मालक सच्चे पातशाह सचेत के सुशोभित हो आप उठ जाइए तो गल वधिया नहीं लगती जो हथ जोड़ बेनती है कि मैं बहुता समा संगत का नहीं लाऊंगा क्योंकि बहुत जल्दी जी समाप्ति कर देनी अज का समागम साढ़े बहुत ही सत्कार जो वो महान आत्मा जी संसार की दलील उत्ते आई अशोकर मैं करा तो बहुत लंबा समा मैनू लग जाना चूप मात्र गल करना सोम सिंह नागपाल फुलवाड़ी विचों एक कम एक ऐसा हीरा पैदा होया कि इन्हां दी एक विलखण छाप संसार दे उत्ते पैदा हो कि उहदी गल जिहड़ी है उहदी गल नूं लिखण लग्गिआं वी बहुत टाइम लगदा कि इन्नी महान आत्मा उह पैदा होई संसार दा हुक्म है हुक्म अनुसार उहनां नूं इत्थों जाणा पिआ सानू उन्हां दे जिहड़े गुण वा उह साडी जिंदगी दा अंतम समें तक साडा साथ देणगे मैं एक घर दा जो समागम उन्हां दी प्रथाई होया उन्हां विच दमदमी तक साल दे ज्ञानी हरनाम सिंह जी खालसा सवेरे हो के गए क्योंकि उन्हां कितें होर कितें जाणा सीगा इस करके उह बहुता चिर नहीं ठहरे ते बाबा बकाला साहब तो भी बाबा गगन सिंह जी सरोपा दे के गए ने उन्होंने बेटे सरदार गगनदीप सिंह जस जी ने बहुत सारिया संगतों का अथाह प्यार है मैं सारिया संगतों का शुक्रगुजार हाँ कि उन्होंने पिता जी नाल प्यार होने के कारण इन्नी गर्मी के बावजूद उसके विच आण के तुसीं हाजरी लवाई है मेरे बहुत ही सत्कारयोग सरदार मलकीत सिंह जी साबका एम एल ए इंचार्ज हलका बाबा बकाला सरदार अवेद सिंह जी चेयरमैन जयदार जनरल सिंह जी नारा सरदार दीप सिंह जी ध्यानपुर सरदार सुखदेव सिंह जी मत्तेवाल सरदार भगत सिंह जी अणकी चीफ खालसा दीवान से सरदार बलविंदर सिंह जी डी जी पी वाइस प्रधान सरदार दीप सिंह शर्मा शहरी प्रधान डी जी पी मैं बेनती करूँगा सरदार गुरिंदर पाल सिंह जी सबका चेयरमैन बेनती है बुलारियां नूं कि बहुता समा ना लायो दो दो मिनट पिता जी की शख्सियत बोल के क्योंकि गर्मी बड़ी है सारे काले ने गुरिंदर पाल शामिल समूह साध संगत जी वाहेगुरु जी का खालसा वाहेगुरु जी की फतेह अज आप सारे साढ़े वड़े वीर सरदार दर्शन सिंह जी जो कुछ दिन पहला सानू सदीवी विछोड़ा दे के
ਇਹ ਸੰਸਾਰ ਤੋਂ ਕੂਚ ਕਰ ਗਏ, ਇਸ ਲੋਕ ਤੋਂ ਪਰਲੋਕ ਦੇ ਵਿੱਚ ਚਲੇ ਗਏ, ਉਹਨਾਂ ਦੀ ਯਾਦ 'ਚ ਬੈਠੇ ਹਾਂ। ਅੰਤਮ ਅਰਦਾਸ ਦੇ ਵਿੱਚ ਮੈਂ ਸਮਝਦਾ ਉਹਨਾਂ ਦਾ ਜੀਵਨ ਜੋ ਪਰਮਾਤਮਾ ਨੇ ਉਹਨਾਂ ਨੂੰ ਸਵਾਸ ਬਖਸ਼ਿਸ਼ ਕੀਤੇ, ਜੋ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਅੰਡਾਏ, ਜਿਸ ਤਰ੍ਹਾਂ ਉਹ ਧਾਰਮਿਕ ਸ਼ਖਸੀਅਤ ਦੇ ਮਾਲਕ ਸਨ, ਸਾਡੇ ਲਈ ਉਹਨਾਂ ਦਾ ਜੀਵਨ ਇੱਕ ਮਾਰਗ ਦਰਸ਼ਨ ਹੈ ਕਿ ਜਾਣਾ ਕਿ ਮਰਾਂਗੇ, ਕੈਸਾ ਮਰਨਾ ਹੋਏ, ਸਹਿਬ ਮੈਨੂੰ ਨਾ ਵਿਸਰੇ ਸਹਿਜਾ ਮਰਨਾ। ਜਿਸ ਤਰ੍ਹਾਂ ਉਹਨਾਂ ਦੇ ਜ਼ਿੰਦਗੀ ਦੀਆਂ ਸ਼ਖਸੀਅਤਾਂ ਵੀ ਉੱਥੇ ਬੈਠੀਆਂ ਸਨ, ਉੱਥੇ ਬੋਲ ਕੇ ਗਏ ਨੇ ਸਮਾਗਮ ਦੇ ਵਿੱਚ। ਸਵੇਰੇ ਜਦੋਂ ਮੈਨੂੰ ਮੇਰੇ ਏਮਸੀ ਦਾ ਟੈਲੀਫੋਨ ਆਇਆ, ਚੇਅਰਮੈਨ ਸਾਹਿਬ ਆਹ ਭਾਣਾ ਵਰਤ ਗਿਆ, ਪਰ ਇੱਕ ਵਾਰੀ ਮੰਨਣ ਯੋਗ ਨਹੀਂ ਸੀ, ਮਨ ਨਹੀਂ ਸੀ ਮੰਨਦਾ ਕਿ ਏਡੀ ਛੇਤੀ ਇਸ ਤਰ੍ਹਾਂ ਵਰਤ ਸਕਦਾ। ਉਸ ਵੇਲੇ ਮੈਂ ਭਾਜੀ ਸਜਿੰਦਰ ਸਿੰਘ ਨੂੰ ਟੈਲੀਫੋਨ ਕੀਤਾ, ਕਹਿੰਦੇ ਜੇ ਮੈਂ ਘਰ ਜਾ ਰਿਹਾ, ਮੈਨੂੰ ਨਹੀਂ ਪਤਾ। ਉਹਨਾਂ ਦਾ ਟੈਲੀਫੋਨ ਕੁਝ 10 ਮਿੰਟ ਬਾਅਦ ਆਇਆ। ਇਸ ਤਰ੍ਹਾਂ ਦੀ ਬਹੁਤ ਮੈਂ ਸਮਝਾਂ ਕਿਸੇ ਬਹੁਤ ਮਹਾਨ ਵਿਅਕਤੀ, ਧਾਰਮਿਕ ਵਿਅਕਤੀ ਜਿਹਦੇ ਮਨ ਦੇ ਵਿੱਚ ਜਿਸ ਤਰ੍ਹਾਂ ਇਹ ਮੌਤ ਦਾ ਗਿਆਨ ਪਹਿਲਾਂ ਹੀ ਹੋਵੇ, ਬਹੁਤ ਹੀ ਸੋਚਦਾ ਮਨ ਦੇ ਵਿੱਚ ਕੋਈ ਬਿਮਾਰੀ ਦਾ ਬਹਾਨਾ ਕੋਈ ਕਿਸੇ। ਸਟੇਟ ਸੈਕਟਰੀ ਸਾਹਿਬ ਵੀ 2 ਮਿੰਟ ਦਾ ਟਾਈਮ ਦਿੱਤਾ। ਮੈਂ ਆਪਣੇ ਵੱਲੋਂ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਦਾ ਕਿ ਇਹੋ ਜਿਹੀ ਮਹਾਨ ਸ਼ਖਸੀਅਤ ਦੀ ਆਤਮਾ ਪਹਿਲਾਂ ਹੀ ਪਰਮਾਤਮਾ ਨੇ ਉੱਥੇ ਆਪਣੇ ਚਰਨਾਂ 'ਚ ਨਵਾਜੀ ਹੋਣੀ ਹੈ। ਪਰ ਫਿਰ ਵੀ ਅਰਦਾਸ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕਿ ਆਤਮਾ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ, ਪਰਿਵਾਰ ਨੂੰ ਸਗੇ ਸੰਬੰਧੀਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੂਟਾ ਸਿੰਘ ਜੀ ਸਠਿਆਲਾ, ਦੇਹਦਾਰ ਅਮਰਜੀਤ ਸਿੰਘ ਜੀ ਭਲਾਈਪੁਰ, ਮਹਾਰਾਜ ਜੀ ਹਜ਼ੂਰ ਵਿੱਚ ਇਕੱਠੀ ਹੋਈ, ਗੁਰੂ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਅੱਜ ਬਹੁਤ ਹੀ ਪਿਆਰੇ, ਹਰ ਦਿਲ ਅਜ਼ੀਜ਼, ਗੁਰੂ ਘਰ ਦੇ ਸੱਚੇ ਅਤੇ ਸੁੱਚੇ ਸੇਵਕ ਦੇ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋਏ। ਸਰਦਾਰ ਦਰਸ਼ਨ ਸਿੰਘ ਜੀ, ਮੈਂ ਇੱਕ ਮਿੰਟ ਇਹਨਾਂ ਦੇ ਫਾਦਰ ਸਾਹਿਬ ਦੇ ਪਿਤਾ ਜੀ ਤੱਕ ਜਾਵਾਂਗਾ। ਸਰਦਾਰ ਸੋਹਣ ਸਿੰਘ ਜੀ ਦਾ ਖਿਆਲ ਉਸੇ ਵੇਲੇ ਆਉਂਦਾ ਹੈ ਜਿਹੜੇ ਕਿ ਬਹੁਤ ਹੀ ਗੁਰਮੁਖ, ਬਹੁਤ ਹੀ ਗੁਰੂ ਦੇ ਚਰਨਾਂ ਦੇ ਵਿੱਚ ਜੁੜੇ ਹੋਏ ਔਰ ਸਮਾਜ ਦੇ ਵਿੱਚ ਬਹੁਤ ਹੀ ਉਹਨਾਂ ਨੇ ਰਈਆ ਦੇ ਵਿੱਚ ਸਾਰੀ ਸੰਗਤ ਦੇ ਨਾਲ, ਸਮਾਜ ਦੇ ਵਿੱਚ ਪਿਆਰ ਦੇ ਨਾਲ ਉਹ ਵਿਚਰੇ। ਉਹਨਾਂ ਦੇ ਸੰਸਕਾਰ ਜੋ ਇਹਨਾਂ ਵਿੱਚ ਆਏ ਸਨ, ਇਹਨਾਂ ਦੀ ਸੋਚ ਜੋ ਹੈ ਉਹ ਹਮੇਸ਼ਾ ਹੀ ਸਭ ਤੋਂ ਜ਼ਿਆਦਾ ਇਹਨਾਂ ਦਾ ਪਿਆਰ ਜਿਹਾ ਵਾ, ਇਹਨਾਂ ਦਾ ਜਿਹੜਾ ਇਹਨਾਂ ਦੀ ਜਿਹੜੀ ਸੋਚ ਸੀ, ਇਹਨਾਂ ਦਾ ਕਰਮ ਸੀ, ਉਹ ਹਰ ਜਿਹਾ ਵਾ ਗੁਰੂ ਘਰ ਦੇ ਚਰਨਾਂ ਨਾਲ ਜੁੜੇ ਹੋਏ। ਸਿਰਫ ਪਾਠ ਕਰਨਾ, ਬਾਣੀ ਸੁਣਨਾ ਤੱਕ ਨਹੀਂ ਸੀ, ਉਸ ਦੇ ਉੱਤੇ ਅਮਲ ਕਰਨਾ, ਸਰਦਰਸ਼ਨ ਸਿਉਣੀ ਉਹਦੇ ਉੱਤੇ ਅਮਲ ਕਰਦੇ ਸੀ ਔਰ ਉਹਦੇ ਸਦਕੇ ਸਾਰੇ ਸਮਾਜ ਦੇ ਵਿੱਚ ਇਹ ਸਾਰਿਆਂ ਦੇ ਸਾਂਝੇ ਇਨਸਾਨ ਸਨ। ਕੋਈ ਜਾਤ ਪਾਤ ਦਾ, ਕੋਈ ਧਰਮ ਦਾ, ਕੋਈ ਵਿਤਕਰਾ ਇਹਨਾਂ ਦੇ ਮਨ 'ਚ ਨਹੀਂ ਸੀ। ਜਿਹੜਾ ਵੀ ਲੋੜਵੰਦ ਸੀ, ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਜਾਤ ਦਾ ਹੋਵੇ, ਉਸ ਦੀ ਸੇਵਾ ਕਰਨੀ ਇਹ ਜਿਸ ਤਰ੍ਹਾਂ ਆਪਣਾ ਇੱਕ ਧਰਮ, ਆਪਣਾ ਇੱਕ ਫਰਜ਼ ਸਮਝਦੇ ਸਨ। ਐਸਾ ਇਨਸਾਨ ਸਮਾਜਿਕ ਤੌਰ 'ਤੇ ਉਹਨਾਂ ਦੇ ਪਾਏ ਹੋਏ ਪੁਰਦਿਆਂ ਦੇ ਚੱਲਦੇ ਹੀ ਹੈ, ਸਿਆਸਤ ਦੇ ਵਿੱਚ ਵੀ ਇਹਨਾਂ ਨੇ, ਵਪਾਰ ਦੇ ਵਿੱਚ ਵੀ ਇਹਨਾਂ ਨੇ ਵੱਧ ਤੋਂ ਵੱਧ ਸਮਾਜ ਦੀ ਸੇਵਾ ਇਹ ਪਰਿਵਾਰ ਕਰ ਰਿਹਾ ਵਾ। ਇਹਨਾਂ ਨੂੰ ਸ਼ਕਤੀ ਦੇ ਸੱਚੇ ਪਾਤਸ਼ਾਹ ਬਲ ਦੇ ਕਿ ਉਹਨਾਂ ਨੂੰ ਜੋ ਉਹਨਾਂ ਨੇ ਰਸਤੇ ਜੋ ਉਹਨਾਂ ਨੇ ਪੂਰਦੇ ਪਾਏ ਆ, ਉਹਨਾਂ 'ਤੇ ਆਪਾਂ ਸਾਰੇ ਔਰ ਇਹ ਪਰਿਵਾਰ ਵਾਲੇ ਸਾਰੇ ਅਸੀਂ ਉਹਦੇ ਚੱਲ ਸਕੀਏ, ਇਹਨਾਂ ਦਾ ਸਾਰਾ ਮੈਂ
ਸਾਜ ਦੇ ਚਰਨਾਂ ਵਿੱਚ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਦਾ ਵਾਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਦਲਜੀਤ ਸਿੰਘ ਜੀ, ਪਿਤਾ ਕੌਂਸਲਰ ਹਵੇਲੀ ਰਾਮ ਦੀ ਪਹੁੰਚੀ ਤੱਕ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠੇ ਅੱਜ ਉਸ ਮਹਾਨ ਸ਼ਖਸੀਅਤ ਦੇ ਦੁਸ਼ਹਿਰੇ ਦੇ ਇਕੱਤਰ ਹੋਏ ਸਮੂਹ ਸਾਧ ਸੰਗਤ ਫਤਿਹ ਸਾਹਿਬ ਜੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਸਤਿਕਾਰਯੋਗ ਬਜ਼ੁਰਗ ਸਰਦਾਰ ਦਰਸ਼ਨ ਸਿੰਘ ਜੀ, ਜਿਨ੍ਹਾਂ ਦੇ ਜੀਵਨ ਬਾਰੇ, ਜਿਨ੍ਹਾਂ ਦੇ ਪਰਿਵਾਰ ਬਾਰੇ ਮੇਰੇ ਤੋਂ ਪਹਿਲਾਂ ਸਾਥੀਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਔਰ ਉਹਨਾਂ ਦੇ ਜੀਵਨੀ ਬਾਰੇ ਵੀ ਚਾਨਣਾ ਪਾਇਆ ਹੈ ਕਿ ਕਿਸ ਤਰ੍ਹਾਂ ਸਰਦਾਰ ਦਰਸ਼ਨ ਸਿੰਘ ਜੀ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪਿੰਡ ਪਾਰੋਵਾਲ ਦੇ ਵਿੱਚ ਜਨਮ ਲੈ ਕੇ ਅੰਮ੍ਰਿਤਸਰ ਦੀ ਇਹ ਪਵਿੱਤਰ ਧਰਤੀ 'ਤੇ ਆ ਕੇ ਰਈਏ ਦੇ ਕਸਬੇ ਦੇ ਵਿੱਚ, ਜਦੋਂ ਰਈਏ ਦੇ ਵਿੱਚ ਬਹੁਤ ਸਾਰਾ ਛੋਟਾ ਜਿਹਾ ਕਸਬਾ ਹੁੰਦਾ ਸੀ ਔਰ ਇਹ ਰਈਏ ਨੂੰ ਵਸਾਉਣ ਦੇ ਵਿੱਚ ਜੇ ਕਹਿ ਲਈਏ ਤਾਂ ਕਿ ਬਾਵਾ ਪਰਿਵਾਰ ਦਾ ਹੁਣੇ ਬੁੱਲ ਕੇ ਗਏ ਨੇ, ਉਹਨਾਂ ਦਾ ਵੀ ਇੱਕ ਅਹਿਮ ਰੋਲ ਆ ਵਪਾਰਕ ਤੌਰ 'ਤੇ ਔਰ ਜੇ ਪਾਰੋਵਾਲ ਪਰਿਵਾਰ ਦਾ ਲਾਈਏ ਤਾਂ ਬਹੁਤ ਵੱਡਾ ਰੋਲ ਹੈ ਔਰ ਜਿਨ੍ਹਾਂ ਦੇ ਨਾਲ ਏਕ ਨਹੀਂ ਅਨੇਕਾਂ ਹੀ ਇਨਸਾਨ ਜਿਹੜੇ ਇਹਨਾਂ ਪਰਿਵਾਰਾਂ ਦੇ ਨਾਲ ਜੁੜੇ ਔਰ ਜਿਨ੍ਹਾਂ ਨੇ ਸਮਾਜਿਕ ਤੌਰ 'ਤੇ ਇੱਥੇ ਰਹਿ ਕੇ ਸੇਵਾ ਵੀ ਕੀਤੀ ਔਰ ਧਾਰਮਿਕ ਤੌਰ 'ਤੇ ਮੇਰੇ ਤੋਂ ਪਹਿਲਾਂ ਜਿਵੇਂ ਦੱਸਿਆ ਗਿਆ ਕਿ ਇੱਕ ਦਿਨ ਪਹਿਲਾਂ ਹੀ ਕਾਂਡਵਾਲ ਸਾਹਿਬ ਦਾ ਭੋਗ ਸੀ। ਮਾਤਾ ਜੀ ਬਜ਼ੁਰਗ ਸਾਡੇ ਪ੍ਰਿੰਸੀਪਲ ਸਾਹਿਬ ਜੀ ਦੇ ਪਰਮਜੀਤ ਕੌਰ ਦੀ ਸੱਸ ਉਹ ਵਿਛੋੜਾ ਦੇ ਗਏ ਸਨ ਅਤੇ ਆਪ ਸ਼ਰਧਾ ਦੇ ਉਹਨਾਂ ਨੇ ਫੁੱਲ ਭੇਟ ਕੀਤੇ। ਅਗਲੇ ਦਿਨ ਜਦੋਂ ਪਤਾ ਲੱਗਾ ਸਵੇਰੇ 8 ਵਜੇ, ਯਕੀਨ ਨਹੀਂ ਸੀ ਹੋ ਰਿਹਾ ਅਤੇ ਮੈਂ ਡਰਦਾ ਬੋਧ ਵੀ ਨਹੀਂ ਸੀ ਕਰ ਰਿਹਾ। ਭਾਜੀ ਜੱਜ ਨੂੰ ਮੈਸੇਜ 'ਤੇ ਜ਼ਰੂਰ ਪੜਿਆ ਕਿ ਇੱਕ ਦਿਨ ਪਹਿਲਾਂ ਅਸੀਂ ਇਕੱਠੇ ਹੀ ਜਿਵੇਂ ਮਾਤਾ ਜੀ ਦੇ ਭੋਗ 'ਤੇ ਸਾਂ, ਮਨ 'ਚ ਇਹ ਸੀ ਕਿ ਪਤਾ ਨਹੀਂ ਸ਼ਾਇਦ ਇਹ ਬੰਦਾ ਕਿਤੇ ਮੈਸੇਜ ਪਾ ਦਿੱਤਾ। ਫਿਰ ਸੱਜਣਾਂ ਨੂੰ ਪਤਾ ਕੀਤਾ ਕਿ ਜੱਜ ਵੀਰ ਜੀ ਦੇ ਪਿਤਾ ਦਾ ਅੱਜ ਤਾਂ ਦੇਹਾਂਤ ਹੋ ਗਿਆ ਤੋ ਮਨ ਨੂੰ ਠੇਸ ਬੜੀ ਪਹੁੰਚੀ ਕਿ ਕੱਲ੍ਹ ਅਸੀਂ ਇਕੱਤਰ ਸਾਂ ਪਰ ਪਤਾ ਨਹੀਂ ਸਾਹ ਆਵੇ ਕਿ ਨਾ ਆਵੇ। ਰਾਮ ਦੇ ਗੁਰਬਾਣੀ 'ਚ ਗੁਰੂ ਮਹਾਰਾਜ ਨੇ ਲਿਖਿਆ ਇੱਕ ਕੀ ਸੱਚ ਲਿਖੀ ਹੈ ਜੋ ਡਾਕਟਰ ਅੱਜ ਸੱਚ ਕਰ ਰਹੇ ਨੇ ਉਹ ਗੁਰੂ ਮਹਾਰਾਜ ਨੇ ਹਜ਼ਾਰਾਂ ਸਾਲ ਪਹਿਲਾਂ ਹੀ ਲਿਖ ਦਿੱਤਾ ਹੈ, ਉਹ ਸਾਨੂੰ ਇਹ ਬਿਨ ਜਿਹੜਾ ਲਾਗੂ ਹੁੰਦਾ ਹੈ। ਸੋ ਜਿੱਥੇ ਧਾਰਮਿਕ ਤੌਰ 'ਤੇ ਗੱਲ ਕਰੀਏ ਇਸ ਪਰਿਵਾਰ ਦੀ ਕਿ ਜਿੱਥੇ ਸਿੱਖੀ ਦੇ ਵਿੱਚ ਆਪ ਪੱਖ ਸਨ ਪੂਰੇ ਸਨ ਉੱਥੇ ਦੂਜੇ ਧਰਮਾਂ ਦਾ ਵੀ ਸਤਿਕਾਰ ਕਰਨ ਵਾਲੇ ਸਨ। ਮੈਂ ਸਮਝਦਾ ਕਿ ਜਿਵੇਂ ਜੇ ਕੋਈ ਗਰੀਬ ਹੀ ਆ ਜਾਂਦਾ ਸੀ ਉਹਦਾ ਵੀ ਆਸਰਾ ਬਣਦੇ ਸੀ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਇਸ ਪਰਿਵਾਰ ਦੇ ਸ਼੍ਰੋਮਣੀ ਅਕਾਲੀ ਦਲ ਦੀ ਤਹਿ ਦਿਲੋਂ ਬੜੇ ਸ਼ਰਧੇ ਢੰਗ ਦੇ ਨਾਲ ਜਦੋਂ ਵੀ ਇਹਨਾਂ ਨੇ ਲੋੜ ਪਈ ਆ ਸੇਵਾ ਵੀ ਕੀਤੀ ਹੈ, ਹਰੇਕ ਥਾਂ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਨੇ। ਇੱਥੋਂ ਕੌਂਸਲ ਵੀ ਨੇ ਔਰ ਸੀਨੀਅਰ ਵੀਰ ਪ੍ਰਧਾਨ ਵੀ ਸ਼ਹਿਰ ਦੇ ਔਰ ਵੀਰ ਜੱਜ ਜੀ ਸਾਡੇ ਜਵਾਲ ਦੀ ਐਸੋਸੀਏਸ਼ਨ ਦੇ ਪ੍ਰਧਾਨ, ਹੋਰ ਵੀ ਬਹੁਤ ਸਾਰੇ ਯੂਥ ਅਕਾਲੀ ਦਲ ਦੇ ਵੱਡੇ ਅਹੁਦੇ ਇਹਨਾਂ ਕੋਲ ਰਹੇ। ਸੋ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਜਿਹਨਾਂ ਦਾ ਬਹੁਤ ਵੱਡਾ ਮਾਣ ਹੈ, ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂ ਉਹਨਾਂ ਬਜ਼ੁਰਗਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ, ਅਰਦਾਸ ਬੇਨਤੀ ਕਰਦਾ ਕਿ ਪ੍ਰਮਾਤਮਾ ਉਹਨਾਂ ਨੂੰ ਚਰਨਾਂ 'ਚ ਨਿਵਾਸ ਬਖਸ਼ੇ, ਪਿੱਛੋਂ ਪਰਿਵਾਰ ਨੂੰ ਭਾਣਾ ਬੰਦਾ ਬਾ ਬਖਸ਼ਿਸ਼ ਕਰੇ। ਸੋ ਇੰਨੀਆਂ ਬੇਨਤੀਆਂ ਨੂੰ ਰੱਖੇ ਮੈਂ ਅਰਦਾਸ ਕਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੀਫ ਸਿੰਘ ਜੀ, ਸੰਗਤਾਂ ਪਾਵਨ ਪਵਿੱਤਰ ਹਾਲ ਜੀ ਜੁੜ ਬੈਠੇ ਗੁਰੂ ਸਾਧ ਸੰਗਤ ਜੀ, ਸਤਿਕਾਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਣਾ ਰਾਓ ਨਾ ਕੋ ਰਹੇ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੇ ਕੋਈ ਨਾ ਬੰਦੇ ਤੀਰ ਦੇ ਮਹਾਂਵਾਕ ਅਨੁਸਾਰ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਦਰਸ਼ਨ ਸਿੰਘ ਜੀ, ਜੋ ਕਿ ਸਾਨੂੰ ਅੱਜ ਤੋਂ ਕੁਛ ਦਿਨ ਪਹਿਲਾਂ ਸਦੀਵੀ ਵਿਛੋੜਾ ਦੇ ਕੇ ਚਲੇ ਗਏ ਨੇ, ਅੱਜ ਆਪਾਂ ਸਾਰੇ ਹੀ ਉਹਨਾਂ ਦੀ ਅੰਤਮ ਅਰਦਾਸ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇਕੱਤਰ ਹੋਏ ਹਾਂ। ਜਿਵੇਂ ਕਿ ਗੁਰੂ ਮਹਾਰਾਜ ਦਾ ਹੁਕਮ ਆ, ਮਰਨ ਲਿਖਾਏ ਮੰਡਲ ਮਿਆਰ, ਜੋ ਵੀ ਇਨਸਾਨ ਇਸ ਦੁਨੀਆ 'ਤੇ ਆਉਂਦਾ ਉਸਦੇ ਨਾਲ ਉਹਦਾ ਮਰਨਾ ਲਿਖਿਆ ਜਾਂਦਾ, ਪਰ ਜੋ ਇਨਸਾਨ ਇਸ ਦੁਨੀਆ 'ਤੇ ਆ ਕੇ ਕੋਈ ਚੰਗੇ ਕੰਮ ਕਰਦੇ ਨੇ, ਨੇਕ ਕੰਮ ਕਰਦੇ ਨੇ, ਲੋਕ ਉਹਨਾਂ ਨੂੰ ਹਮੇਸ਼ਾ ਯਾਦ ਰੱਖਦੇ। ਮੇਰੇ ਤੋਂ ਪਹਿਲਾਂ ਸਾਰੇ ਹੀ ਬੁਲਾਰਿਆਂ ਨੇ ਸਰਦਾਰ ਦਰਸ਼ਨ ਸਿੰਘ ਜੀ ਹੋਣਾ ਦੇ ਬਾਰੇ
इस परिवार के बारे जो जिक्र किया सरदार दर्शन सिंह होने बहुत ही धार्मिक ख्यालों के व्यक्ति सन, गुरु घर को मनने वाले सन। चाहे इस परिवार ने राजनीतिक तौर पर बड़ी तरक्की की, बड़ा योगदान आ श्रोमणी अकाली दल वास्ते इस परिवार का, पर मैं ये गल कह सकता कि सरदार दर्शन सिंह होना ने कभी राजनीति के हिस्सा नहीं लिया। वो गुरु घर के विश्वास रखते सी, सेवा के विश्वास रखते सी, लोगों की सेवा करते सी। उन्होंने कभी पोलिटिकली तौर पर विचरे नहीं। एक बड़ा वड्डा माण आ सरदार दर्शन सिंह होना दे सानू कि उन्होंने शख्सियत तो सानू ये प्रेरणा लेनी चाहिए आ कि उन्होंने जो पूरने पाए ने सानू सारू उन्होंने पूरनिया चलना चाहिए। मैं अपने वालों जिते अपने वड्डे वीर सरदार गगनदीप सिंह जी जस साहब गबलू वीर जी सारे ही परिवार के नाल इस दुख की घड़ी के शरीक होना ते गुरु महाराज के चरणों च अरदास करदा कि सच्चे पातशाह कृपा कर साडे सत्कारयोग सरदार दर्शन सिंह जी उन्होंने अपने चरणों के थान देन ते पिछे सारे ही परिवार को रिश्तेदारों सख संबंधियों ये भाणा मन का बल बख्शन। मैं इन्हों शब्दों सरदार दर्शन सिंह जी उन्होंने श्रद्धा के फुल भेंट करदा। वाहेगुरू जी का खालसा, वाहेगुरू जी की फतह। दूजे ग्रंथी ज्ञान केवल सिंह जी ने नामा लिया गुरदासपुर सिंह उन्होंने इन्हों क्योंकि स्टेज योगदान एडवोकेट वी के सिंह मल्होत्रा, एडवोकेट मनिंदरजीत सिंह जी गैरी मंडी, सरदार तलोक सिंह जी बाड़ सबका चेयरमैन जिला परिषद गुरदासपुर। विरागमई समागम जुगो जुग अटल साहब कमाल दो जहां वाली न्योटिया की ओर न्यासरिया के आसरे धन धन श्री गुरु ग्रंथ साहब जी के हजूर साध संगत के रूप में बहुत बैठे बहुत ही सत्कारयोग वीरो भैनों नौजवानों बचो फतेह बुलाओ। वाहगुरु जी का जन्म सवार दरगे चलिया, सच्ची दरगे जाए सच्चा पिड़ मलिया। दिमाग अनुसार साडे सत्कारयोग सरदार दर्शन सिंह जी सुभाषा की जो पूंजी इतने लैके आए सन वो पौ के चले गए, पर पिछे छड गए अपनी जिंदगी भर के सत दाकिया तो भी उपर की जिंदगी दियाँ बहुत लंबिया कथावां बहुत लंबिया कहानियां ते दास्ताना दा बहुत वड्डा भंडारा। अज जदों वो इत्थे नहीं रहे ते अज संगत दा जिहड़ा ये इकट्ठ ये हजूम दर्शाउंदा है परिवार ने जो कीती है उहदा एक बहुत वड्डा प्रगटावा ये हजूम एक कॉन्फ्रेंसा तो भी उपर उठ गया हजूम ये दर्शाउंदा है कि किन्नी समाज सेवा उन्होंने अपने जीवन काल दे विच कीती। जितों तक पारोवार तो उठ के पढ़ लिख के कारोबार करने लई आर्थिक तकदीत आर्थिक तरक्की दे लई रइये च स्थापित होए ते रइये विच आण के जिथे उन्होंने आर्थिक तरक्की की परिवार को पालिया पोसया उत्थे उन्होंने अपनी समाज सेवा का भी जिहड़ा एक बहुत वड्डा कारनामा सी उन्होंने किया। धार्मिक सभा दे विच घर घर जाने वाले सरदार दर्शन सिंह जी अज जदों उन्होंने स्वर्गवास होए एक दिन पहलों मैं उन्होंने गुरद्वारा साहब विच मिलिया, मेरे नाल लगभग 15-20 मिनट बैठे रहे, असी इकट्ठे चाह भी पीती ते उन्होंने बहुत वधिया धार्मिक गल्लां कीतियां और सेध भी दिती सानू। उन्होंने ये दस्या उस वेले भी अगे पिछे भी करदे रहिंदे सी, उस वेले भी दस्या कि गुरु दे नां तों बगैर गुरु दी ओड़ तों बगैर इस दुनिया सारी फानी है, कख नहीं इत्थे पिया होया ते गुरु नाल जुड़िया करो, गुरु दा उपदेश दिया करो संगतां नूं ते जिथे किते भी जांदे हो जिथे श्रोमणी अकाली दल दा पंथ दा संदेश देते हो उत्थे गुरु घर दा भी संदेश जिहड़ा तुहानूं देना चाहीदा है। सो जिथे हो असीं उत्थों गए ते अगले दिन 8:15 बजे पता लगा जी उत्थे स्वर्गवास हो गया। किन्नी महान आत्मा सी जिहड़ी कि कहिंदे भी जिहड़ा बंदा परमात्मा नाल जुड़िया हुंदा है वह रोग जीवन लैके जाता है। गल्लां बातां करदे ही जिवें सवेर उठी है नाते धोते ने चाह पी लगे पाठ करन तों बाद
ਅਤੇ ਉਸ ਵੇਲੇ ਸਵਰਗਵਾਸ ਹੋ ਗਏ। ਬਹੁਤ ਹੀ ਵਧੀਆ ਜ਼ਿੰਦਗੀ, ਬਹੁਤ ਹੀ ਇੱਕ ਹਲੀਮੀ ਵਾਲੀ ਜ਼ਿੰਦਗੀ ਜਿਹੜੀ ਸੀ ਉਹ ਬਤੀਤ ਕਰਕੇ ਇੱਥੋਂ ਗਏ ਨੇ। ਅਤੇ ਜਿੱਥੋਂ ਤੱਕ ਪਰਿਵਾਰ ਦੀ ਗੱਲ ਕਰੀਏ, ਇਹ ਪਾਰੋਵਾਲ ਪਰਿਵਾਰ, ਮੱਤੇਵਾਲ ਪਰਿਵਾਰ ਪੰਜਾਬ ਦੇ ਗਿਣੇ ਚੁਣੇ ਉਹਨਾਂ ਪਰਿਵਾਰਾਂ ਵਿੱਚੋਂ ਹੈ ਜਿਨ੍ਹਾਂ ਤੋਂ ਅੱਜ ਸਮਾਜ ਸੇਧ ਲੈਂਦਾ ਹੈ। ਵੱਖ 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 ਸਬਜੈਕਟ ਦੇ ਉੱਤੇ ਪਾਰੋਵਾਲ ਪਰਿਵਾਰ ਦੇ ਹੀ ਇੱਕ ਮਹਾਨ ਲਾਡਲੇ ਜਿਹੜੇ ਕਿ ਐਡਵੋਕੇਟ ਜਨਰਲ ਤੱਕ ਦੀ ਵੀ ਪੋਸਟ 'ਤੇ ਗਏ। ਸਾਡੇ ਕੋਲ ਚੇਅਰਮੈਨ ਸਾਹਿਬ ਵੀ ਬੈਠੇ ਨੇ, ਸੁਖਦੇਵ ਸਿੰਘ ਹੋਰੀ, ਇਸੇ ਤਰ੍ਹਾਂ ਹੀ ਸਰਦਾਰ ਗਗਨਦੀਪ ਸਿੰਘ ਜਿਹੜੇ ਬੇਟੇ ਨੇ ਉਹਨਾਂ ਦੇ, ਬਹੁਤ ਮਰਹਲੇ ਮਾਰੇ ਉਹਨਾਂ ਨੇ ਪੰਥਕ ਸੇਵਾ ਦੇ ਵਿੱਚ। ਮੈਂ ਬਹੁਤਾ ਸਮਾਂ ਨਾ ਲਵਾਂ ਔਰ ਇੰਨਾ ਹੀ ਕਹਿੰਦਾ ਹੋਇਆ ਕਿ ਸੰਮਤ ਸਾਹਾ ਲਿਖਿਆ, ਮਿਲ ਕਰ ਪਾਓ ਦਿਲ ਦਿਓ ਸੱਜਣ ਸੀਸਣੀਆਂ, ਜਿਉਂ ਹੋਵੇ ਸਹਿਜ ਸੁਮੇਲ। ਇਹਨਾਂ ਹੀ ਸ਼ਬਦਾਂ ਨਾਲ ਜਿਹੜਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਹਨਾਂ ਨੂੰ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਪਰਮਾਤਮਾ ਉਹਨਾਂ ਨੂੰ ਜਿੱਥੇ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ, ਉੱਥੇ ਪਰਿਵਾਰ ਨੂੰ ਘਾਟਾ ਜਿਹੜਾ ਪਿਆ ਔਰ ਸ਼੍ਰੋਮਣੀ ਅਕਾਲੀ ਦਲ ਔਰ ਪੰਥ ਨੂੰ ਜਿਹੜਾ ਘਾਟਾ ਪਿਆ ਉਹਦੇ ਵਿੱਚ ਵੀ ਉਭਰਨ ਦਾ ਸ਼੍ਰੋਮਣੀ ਅਕਾਲੀ ਦਲ ਅਤੇ ਪਰਿਵਾਰ ਨੂੰ ਬਲ ਬਖਸ਼ੇ। ਇਹਨਾਂ ਹੀ ਸ਼ਬਦਾਂ ਨਾਲ ਮੈਂ ਜਿੱਥੇ ਆਪਣੇ ਵੱਲੋਂ ਉੱਥੇ ਮੈਂ ਸ਼੍ਰੋਮਣੀ ਅਕਾਲੀ ਦਲ ਬਾਬਾ ਬਕਾਲਾ ਸਾਹਿਬ ਹਲਕੇ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਵੀ ਮੈਂ ਸ਼ਰਧਾ ਦੇ ਫੁੱਲ ਭੇਟ ਕਰਦਾ। ਇਹਨਾਂ ਹੀ ਕਹਿੰਦਾ ਫਤਿਹ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ। ਇਹ ਨਹੀਂ ਪਤਾ ਕਿਸ ਮੋੜ 'ਤੇ ਕਿਸ ਸਮੇਂ 'ਤੇ ਉਸ ਪਰਮਾਤਮਾ ਨੇ ਜਿਹੜੀ ਉਹ ਬਿੱਤ ਬਣਾ ਕੇ ਸਾਨੂੰ ਲੈ ਜਾਣਾ। ਆਪਾਂ ਅੱਜ ਇੱਥੇ ਵੱਡੀ ਗਿਣਤੀ ਦੇ ਵਿੱਚ ਇਕੱਤਰ ਹੋਏ ਹਾਂ, ਇਹੀ ਬੇਨਤੀ ਕਰੀਏ ਕਿਉਂਕਿ ਇਨਸਾਨ ਜਿਹੜਾ ਉਹ ਭੁੱਲਣ ਆ ਰਿਹਾ। ਇਨਸਾਨ ਤੋਂ ਜ਼ਿੰਦਗੀ ਦਾ ਸਫ਼ਰ ਕਰਦੇ ਹਾਂ, ਕੋਈ ਨਾ ਕੋਈ ਕਮੀ ਪੇਸ਼ੀ ਜ਼ਰੂਰ ਰਹਿ ਜਾਂਦੀ ਆ। ਅਤੇ ਇਹੀ ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਉਹਨਾਂ ਕੋਲੋਂ ਆਪਦੀ ਜ਼ਿੰਦਗੀ ਦੇ ਵਿੱਚ ਵਿਚਰਦੇ ਹਾਂ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਰਹਿ ਗਈ ਹੋਈ ਉਹਨਾਂ ਨੂੰ ਮਾਫ਼ ਕਰਨਾ, ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਸਾਰੇ ਹੀ ਪਰਿਵਾਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ। ਅਖੀਰ ਵਿੱਚ ਮੈਂ ਆਪਣੇ ਵੱਲੋਂ ਆਪਣੇ ਵੱਡੇ ਵੀਰ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਵੱਲੋਂ ਬਜ਼ੁਰਗਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ, ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਸਰਜਨ ਸਿੰਘ ਜੀ, ਬਾਬਾ ਖੁਸ਼ਵੰਤ ਸਿੰਘ ਜੀ, ਸਰਦਾਰ ਬਲਵਿੰਦਰ ਸਿੰਘ ਜੀ ਬੈਰੋਵਾਲ, ਬਾਬਾ ਮਹੇਸ਼ ਸਿੰਘ ਜੀ ਸਰਦਾਰ ਬਲਵਿੰਦਰ, ਸਾਡੇ ਸਤਿਕਾਰਯੋਗ ਪਿਤਾ ਜੀ ਜਿਹੜੇ ਸਰੀਰ ਰੂਪ ਕਰਕੇ ਸਾਨੂੰ ਛੱਡ ਕੇ ਚਲੇ ਗਏ ਨੇ, ਉਹਨਾਂ ਦਾ ਜਿਹੜਾ ਜਾਣਾ ਵਾ ਉਹ ਐਂ ਲੱਗਦਾ ਜਿਵੇਂ ਉਹ ਆਪਣਾ ਜੀਵਨ ਸੱਥਾ ਕਰਕੇ ਗਏ। ਤਾਂ ਹੀ ਗੁਰਮੁਖਾਂ ਵਾਲੀ ਮੌਤ ਉਹਨਾਂ ਨੂੰ ਆਈ ਹੈ ਵੀ ਹਾਏ ਨਹੀਂ ਗਈ। ਦੋ ਡਾਕਟਰ ਸਾਹਿਬ ਮੇਰੇ ਵੱਡੇ ਵੀਰ ਉਹਨਾਂ ਦੇ ਘਰੋਂ ਬੀਬੀ ਜੀ ਦੋਵੇਂ ਉਹ ਸਰਾਣੇ ਬੈਠੇ ਆ ਅਤੇ ਕਹਿੰਦੇ ਭਾਅ ਜੀ ਚਲੀ ਹਸਪਤਾਲ, ਕਹਿੰਦੇ ਨੇ ਹਸਪਤਾਲ ਨਹੀਂ ਜਾਣਾ, ਸਮਾਂ ਆ ਗਿਆ। ਮਾਣਯੋਗ ਚਾਚਾ ਜੀ ਸਰਾਜ ਕੇਸ ਹੋਣਾ ਕਿਹਾ ਵੀ ਭਾਅ ਜੀ ਕੋਈ ਨਹੀਂ, ਜਾ ਕੇ ਆਪਾਂ ਹਸਪਤਾਲਾਂ ਮੁੜ ਆਵਾਂਗੇ, ਚੱਲਦੇ ਹਾਂ, ਆਪਾਂ ਨੂੰ ਵਧੋ ਦੀ ਥੋੜ੍ਹਾ ਹਸਪਤਾਲੇ ਰੱਖ ਲੈਣਗੇ। ਕਹਿੰਦੇ ਨੇ ਜੀ ਮੇਰੇ ਮੇਰੇ ਸਰਾਣੇ ਪੈ ਦੇ, ਵਾਹਿਗੁਰੂ ਵਾਹਿਗੁਰੂ ਗਰਜ ਕੀਤਾ ਚਾਰ ਵਾਰੀ ਤੇ ਸਮਾਂ ਆ ਗਿਆ। ਐਂ ਲੱਗਦਾ ਵੀ ਜਿਵੇਂ ਅਕਾਲ ਪੁਰਖ ਆਪ ਆ ਕੇ ਉਹਨੂੰ ਲੈ ਕੇ ਆਵੇ। ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਅਰਦਾਸ ਕਰਿਓ ਸਾਡੇ ਲਈ, ਪਰਿਵਾਰ ਲਈ, ਕਿ ਜਿਹੜੇ ਪੂਰ ਨੇ ਉਹ ਇੱਥੇ ਪਾ ਗਏ ਨੇ, ਜਿਸ ਤਰ੍ਹਾਂ ਉਹ ਸਾਰਾ ਜੀਵਨ ਜਿੱਦਣ ਦੇ ਉਹ ਸਾਨੂੰ ਸਰੀਰ ਰੂਪ ਕਰਕੇ ਛੱਡ ਗਏ, ਸਰੀਰ ਰੂਪ ਕਰਕੇ ਮੈਂ ਇਸ ਕਰਕੇ ਕਹਿੰਦਾ ਕਿਉਂਕਿ ਉਹਨਾਂ ਦੇ ਗੁਣ ਜਿਹੜੇ ਆ ਉਹ ਲੋਕ ਜਦੋਂ ਸਾਨੂੰ ਸੰਗਤ ਆ ਕੇ ਦੱਸਦੀ ਵੀ ਆਪਣੇ ਆਪ 'ਚ ਮਾਣ ਹੁੰਦਾ ਵੀ ਅਸੀਂ ਉਸ ਘਰ ਦਾ ਯੋਗੀ ਯੋਗੜਾ, ਭਾਵੇਂ ਨਹੀਂ ਉਹਨਾਂ ਦੀ ਅਸੀਂ ਪਛਾਣ ਕਰ ਸਕੇ, ਚੰਗਾ ਜੀਵਨ ਸੀ ਜਦੋਂ ਵਿਚਰੇ, ਕੋਈ ਬੰਦਾ ਨਹੀਂ ਆ ਕੇ ਕਹਿ ਸਕਦਾ ਕਿ ਉਹਨਾਂ ਦੇ ਮੱਥੇ 'ਤੇ ਕਿਤੇ ਤਿਉੜੀ ਹੋਵੇ ਜਾਂ ਉਹਨਾਂ ਨੇ ਕਿਤੇ ਕਿਸੇ ਨੂੰ ਗੁੱਸੇ ਨਾਲ ਕਿ ਵਜਨ ਕਹਿਣ ਦੀ ਜੇ ਗੱਲ ਹੈ ਕਿਸੇ ਪ੍ਰਤੀ ਸੁਣਿਆ ਵੀ ਹੋਵੇ। ਅਤੇ ਬੈਠੇ ਨੇ ਹਟਗ੍ਰੰਥੀ ਸਾਹਿਬ ਭਾਈ ਭੁਪਿੰਦਰ ਸਿੰਘ ਜੀ, ਇੱਕ ਦਿਨ ਪਹਿਲਾਂ ਮਾਤਾ ਜੀ ਨੂੰ ਸ਼ਰਧਾਂਜਲੀ ਦਿੱਤੀ ਆ ਅਤੇ ਇਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਮੱਤਿਆਲ ਸਾਹਿਬ ਮੇਰੇ ਨਾਲ ਨੇ, ਮੈਂ ਕਿਹਾ ਇਹਨਾਂ ਭਾਈ ਸਾਹਿਬ ਕੋਲ ਹੁਣ ਬਹਿ ਗਏ ਆ ਅਤੇ ਇਹਨਾਂ ਨੇ ਪਤਾ ਨਹੀਂ ਘੰਟਾ ਦੋ ਘੰਟੇ ਲਾ ਦੇਣੇ ਆ ਅਤੇ ਆਪਾਂ ਥੱਲੇ ਚਲੀਏ, ਕੰਮ ਲੰਮਾ ਹੋ ਗਿਆ। ਮੈਂ ਅਗਲੇ ਦਿਨ ਜਾ ਕੇ ਭਾਈ ਸਾਹਿਬ ਨੂੰ ਬੇਨਤੀ ਕੀਤੀ, ਮੈਂ ਕਿਹਾ ਭਾਈ ਸਾਹਿਬ ਅਖੀਰਲਾ ਗੁਰਮਤਾ ਬਜ਼ੁਰਗ ਤੁਹਾਡੇ ਨਾਲ ਕਰਕੇ ਗਏ ਸੀ ਅਤੇ ਸਾਨੂੰ ਵੀ ਤੁਸੀਂ ਦੱਸੋ ਕਿ ਕੀ ਵਿਚਾਰਾਂ ਤੁਹਾਡੇ ਨਾਲ ਗੁਰਮਤ ਵਿਚਾਰਾਂ ਹੁੰਦੀਆਂ। ਅਤੇ ਭਾਈ ਸਾਹਿਬ ਕਹਿੰਦੇ ਮੈਨੂੰ ਮਹਾਰਾਜ ਝੂਰੀ 'ਚ ਬੈਠੇ ਆ ਬਾਬਾ ਗੜ ਸਾਹਿਬ ਗੁਰਦੁਆਰਾ, ਕਹਿੰਦੇ ਮੈਨੂੰ ਇਉਂ ਲੱਗਦਾ ਕਿ ਜਿਵੇਂ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਮੇਰਾ ਸਮਾਂ ਆ ਗਿਆ, ਜਿਹੜੀਆਂ ਵਿਚਾਰਾਂ ਉਹਨਾਂ ਨੇ ਮੇਰੇ ਨਾਲ ਕੀਤੀਆਂ ਮੈਨੂੰ ਇਉਂ ਲੱਗਦਾ ਸੀ ਜਿਵੇਂ ਉਹਨਾਂ ਦਾ ਸਮਾਂ ਆ ਗਿਆ ਅਤੇ
ਗੱਲਾਂ ਵੀ ਕੀਤੀਆਂ ਗੁਰਮੁਖ ਦੇ ਫਲਸਫੇ ਦੀਆਂ ਵੀ ਗੁਰਮੁਖ ਜਿਹੜਾ ਜਾਂਦਾ ਉਹ ਕਿਸ ਤਰ੍ਹਾਂ ਜਾਂਦਾ ਤੇ ਮਨਮੁਖ ਕਿਸ ਤਰ੍ਹਾਂ ਜਾਂਦਾ। ਅਰਦਾਸ ਕਰਿਓ ਸਾਡੇ ਲਈ ਕਿ ਸਾਨੂੰ ਵੀ ਉਹਨਾਂ ਦੇ ਵਾਂਗੂ ਜੀਣਾ ਆ ਜਾਏ ਤੇ ਜਿਸ ਤਰ੍ਹਾਂ ਉਹਨਾਂ ਨੇ ਸਮਾਜ ਦੀ ਪੰਥ ਦੀ ਸੇਵਾ ਕੀਤੀ ਆ ਸਾਰੀ ਸੰਗਤ ਦੇ ਜਨਾਂ 'ਚ ਅਰਦਾਸ ਹੈ ਕਿ ਸਾਡੇ ਲਈ ਜ਼ਰੂਰ ਅਰਦਾਸ ਕਰਿਓ ਅਤੇ ਸਾਡੇ ਸਿਰ 'ਤੇ ਮੇਹ ਭਰ ਹੱਥ ਰੱਖਿਓ ਅਤੇ ਉਹਨਾਂ ਦੇ ਜਾਣ ਤੋਂ ਬਾਅਦ ਜਿਹੜੇ ਉਹਨਾਂ ਦੇ ਹਾਣੀ ਆ ਉਹ ਸਾਨੂੰ ਆ ਸਾਡੇ ਪਿਤਾ ਵਰਗਾ ਪਿਆਰ ਸਾਨੂੰ ਹਮੇਸ਼ਾ ਬਖਸ਼ਦੇ ਰਹੋ ਤਾਂ ਕਿ ਅਸੀਂ ਆਪਣੇ ਰਾਹ ਤੋਂ ਜਿਹੜਾ ਰਾਹ ਸਾਨੂੰ ਦੱਸ ਕੇ ਉਹ ਤੋਂ ਭਟਕੀਏ ਨਾ। ਮੈਂ ਬੇਨਤੀ ਕਰੂੰਗਾ, ਸਮਾਂ ਤਾਂ ਬਹੁਤ ਹੋ ਗਿਆ ਕਿਉਂਕਿ ਮੈਨੂੰ ਘਰੋਂ ਇਹ ਦੱਸਿਆ ਸੀ ਕਿ ਬੁਲਾਰੇ ਬੜੇ ਆ ਜਾਂਦੇ ਸਾਰੀ ਸੰਗਤ ਉੱਠ ਕੇ ਚੱਲ ਜਾਂਦੀ ਆ। ਮੈਂ AR ਸਾਹਿਬ ਨਾਲ ਗੱਲ ਕਰ ਰਿਹਾ ਸੀ ਕਿ ਮੈਂ ਇਹ ਅੰਦਾਜ਼ਾ ਨਹੀਂ ਲੱਗ ਰਿਹਾ ਸੀ ਕਿਸੇ ਨੂੰ ਭੋਗ ਦਾ ਕਹਿ ਨਹੀਂ ਸਕੇ ਕਿੰਨੀ ਸੰਗਤ ਹੋਊਗੀ ਅਤੇ ਮੈਂ AR ਸਾਹਿਬ ਨਾਲ ਗੱਲ ਕਰ ਰਿਹਾ ਸੀ ਕਿ ਇੰਨਾ ਭਾਰ ਸੰਗਤ ਦਾ ਚਰਨਾਂ ਦਾ ਸਾਡੇ ਮਸਤਕ 'ਤੇ ਆ ਗਿਆ ਪਤਾ ਨਹੀਂ ਲੱਗਦਾ ਕਿੱਥੋਂ ਸੰਗਤ ਹਾੜਾ ਮੁਹਾਈ ਹੈ ਅੱਜ ਜਾ ਕੇ ਕਿਸੇ ਨੂੰ ਕਹਿ ਨਹੀਂ ਸਕੇ। ਗੁਰੂ ਕਿਰਪਾ ਕਰੇ ਸਾਡੇ 'ਤੇ ਵੀ ਇੱਕ ਕਿਣਕਾ ਮਾਤਰ ਉਹਨਾਂ ਦੇ ਜੀਵਨ ਦਾ ਅਸਰ ਹੋ ਜਾਏ ਕਿ ਅਸੀਂ ਵੀ ਉਹਨਾਂ ਦੇ ਦੱਸੇ ਮਾਰਗ ਦੇ ਜਿਹੜੇ ਗੁਰੂਆਂ ਨੇ ਆਸ਼ੇ ਅਨੁਸਾਰ ਉਹ ਚੱਲਦੇ ਸੀ ਅਸੀਂ ਵੀ ਚੱਲ ਸਕੀਏ। ਸਾਡੇ ਲਈ ਅਰਦਾਸ ਜ਼ਰੂਰ ਸਾਰੀ ਸੰਗਤ ਕਰਿਓ, ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਉਹਨਾਂ ਦੇ ਵਾਂਗੂ ਜਿਸ ਤਰ੍ਹਾਂ ਉਹਨਾਂ ਨੇ ਪਰਿਵਾਰ ਨੂੰ ਰੱਖਿਆ ਸੀ ਸਾਡੇ 'ਚ ਕੋਈ ਨਾ ਕੋਈ ਗੁਣ ਆ ਜਾਏ ਇਸੇ ਤਰ੍ਹਾਂ ਸਮਾਜ ਦੀ ਪੰਥ ਦੀ। ਸ਼੍ਰੋਮਣੀ ਅਕਾਲੀ ਦਲ ਸਵੇਰੇ ਮਹਾਂਪੁਰਸ਼ ਗਿਆਨੀ ਹਰਨਾਮ ਸਿੰਘ ਜੀ ਮਹਿਤੇ ਵਾਲੇ ਧਮਾ ਸਾਹਿਬ ਆਏ ਸੀ।